ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਵਾਂ ਸੌਂਗ ਲੈ ਕੇ ਆਇਆ, ਇਹ ਮੇਰੇ ਦਿਲ ਦੀ ਗੱਲ ਹੈ ਜੋ ਮੇਰਾ ਬਾਪੂ ਮੈਨੂੰ ਕਹਿੰਦਾ ਉਹ ਲਿਖਿਆ, ਜੇ ਪਸੰਦ ਆਏ ਤੇ ਸ਼ੇਅਰ ਜ਼ਰੂਰ ਕਰਿਓ। ਹੋ ਬੜੇ ਔਖੇ ਕੱਟੇ ਦਿਨ ਆਏ ਸੀ ਕਰੀਬੀ ਦੇ, ਪਾਸਾ ਵੱਟ ਗਏ ਸੀ ਜੋ ਤਿਲੋਂ ਹੀ ਕਰੀਬੀ ਜੇ। ਇੱਕੋ ਗੱਲ ਪੁੱਤਰਾ ਤੂੰ ਮੇਰੀ ਪੱਲੇ ਬੰਨ ਲਈ, ਇੱਕੋ ਗੱਲ ਪੁੱਤਰਾ ਤੂੰ ਮੇਰੀ ਪੱਲੇ ਬੰਨ ਲਈ, ਮੈਂ ਤਾਂ ਨਾ ਛੱਡੀ ਹੱਥ ਛੱਡੀ ਨਾ ਕਦੇ। ਹਾਏ ਓਏ ਮੇਰੇ ਵੱਲੋਂ ਮੋਜਾਂ ਭਾਵੇਂ ਮਾਰ ਜਿਵੇਂ ਮਰਜ਼ੀ, ਪਰ ਵੇਖੀ ਕੋਈ ਲਾਮਾ ਨਾ ਲਿਆ ਦੀ ਤੂੰ ਕਰੇ। ਮੇਰੇ ਵੱਲੋਂ ਮੋਜਾਂ ਭਾਵੇਂ ਮਾਰ ਜਿਵੇਂ ਮਰਜ਼ੀ, ਪਰ ਵੇਖੀ ਕੋਈ ਲਾਮਾ ਨਾ ਲਿਆ ਦੀ ਤੂੰ ਕਰੇ। ਆ ਜਿਹੜੀ ਤੇਰੀ ਉੱਤੇ ਆਈ ਇਹ ਸਾਡੇ ਤੇ ਵੀ ਆਈ ਸੀ, ਬਹੁਤੀ ਅੱਤ ਚੱਕੀ ਨੀ ਜਵਾਨੀ ਅਸੀਂ ਵੀ ਹੰਢਾਈ ਸੀ। ਆ ਜਿਹੜੀ ਤੇਰੇ ਉੱਤੇ ਆਈ ਇਹ ਸਾਡੇ ਤੇ ਵੀ ਆਈ ਸੀ, ਬਹੁਤੀ ਅੱਤ ਚੱਕੀ ਨੀ ਜਵਾਨੀ ਅਸੀਂ ਵੀ ਹੰਢਾਈ ਸੀ। ਭਾਵੇਂ ਬਾਪੂ ਦੀਆਂ ਗਾਲਾਂ ਖਾ ਖਾ ਕੰਨ ਪੱਕ ਗਏ, ਪਰ ਅੱਖਾਂ ਚੋਂ ਸ਼ਰਮ ਨਹੀਂ ਹਟਾਈ ਸੀ ਕਦੇ। ਹਾਏ ਓਏ ਮੇਰੇ ਵੱਲੋਂ ਮੋਜਾਂ ਭਾਵੇਂ ਮਾਰ ਜਿਵੇਂ ਮਰਜ਼ੀ, ਪਰ ਵੇਖੀ ਪੁੱਤਾਂ ਲਾਮਾ ਨਾ ਲਿਆ ਦੀ ਤੂੰ ਕਰੇ। ਹੋ ਇੱਜ਼ਤ ਬਣਾਉਂਦੇ ਹੋਏ ਨੂੰ ਸਮਾਂ ਲੱਗ ਜਾਂਦਾ ਹੈ, ਗਵਾਉਂਦੇ ਹੋਏ ਨੂੰ ਸਮੋਤਰਿਆਂ ਮਿੰਟ ਇੱਕ ਲੱਗੇ ਵੇ। ਹੋ ਇੱਜ਼ਤ ਬਣਾਉਂਦੇ ਹੋਏ ਨੂੰ ਟਾਈਮ ਲੱਗ ਜਾਂਦਾ ਹੈ, ਗਵਾਉਂਦੇ ਹੋਏ ਨੂੰ ਸਮੋਤਰਿਆਂ ਮਿੰਟ ਇੱਕ ਲੱਗੇ ਵੇ। ਹੋ ਜੰਮੂ ਕਲੋਣੀ ਵਿੱਚ ਐਸ਼ ਕਰ ਜਿਵੇਂ ਮਰਜ਼ੀ, ਜੰਮੂ ਕਲੋਣੀ ਵਿੱਚ ਐਸ਼ ਕਰ ਜਿਵੇਂ ਮਰਜ਼ੀ, ਪਰ ਕਿਸੇ ਅੱਗੇ ਹੱਥ ਤੂੰ ਜੜਾ ਦੀ ਨਾ ਕਦੇ। ਹਾਏ ਓਏ ਮੇਰੇ ਵੱਲੋਂ ਮੋਜਾਂ ਭਾਵੇਂ ਮਾਰ ਜਿਵੇਂ ਮਰਜ਼ੀ, ਪਰ ਵੇਖੀ ਪੁੱਤਾਂ ਲਾਮਾ ਨਾ ਲਿਆ ਦੀ ਤੂੰ ਕਰੇ। ਇੱਕ ਹੋਰ ਗੱਲ, ਸਾਰਿਆਂ ਦੇ ਡੈਡੀ ਕਹਿੰਦੇ ਨੇ ਕਿ ਯਾਰ ਸਾਡਾ ਪੁੱਤ ਸਰਕਾਰੀ ਨੌਕਰੀ ਲੱਗੇ ਹੋਏ, ਪਰ ਸਾਡਾ ਬਾਪੂ ਡਰਾਈਵਰੀ ਕਰਦਾ, ਸਾਨੂੰ ਕੀ ਕਹਿੰਦੇ। ਹੋ ਬਾਪ ਆਪਣੇ ਨੂੰ ਜ਼ਿੰਦਗੀ ਚ ਯਾਦ ਰੱਖਣੀ, ਡਰਾਈਵਰੀ ਦੇ ਕੰਮ ਚ ਕਦੇ ਨਾ ਪੁੱਤਾ ਵੜਜੀ। ਹੋ ਬਾਪ ਆਪਣੇ ਨੂੰ ਜ਼ਿੰਦਗੀ ਚ ਯਾਦ ਰੱਖਣੀ, ਟਰੱਕਾਂ ਵਾਲੇ ਕੰਮ ਚ ਕਦੇ ਨਾ ਸ਼ੇਰਾ ਵੜਜੀ। ਸਾਡੇ ਮਾਂ ਪਿਓ ਨੇ ਨੀ ਪੜਾਇਆ ਮਜਬੂਰੀ ਨਾਲ, ਸਾਡੇ ਮਾਂ ਪਿਓ ਨੇ ਨੀ ਪੜਾਇਆ ਮਜਬੂਰੀ ਨਾਲ, ਉਹ ਤਾਂ ਪੈਸਿਆਂ ਦੀ ਹੁੰਦੀ ਲੜਾਈ ਸਭ ਦੇ ਘਰੇ। ਹਾਏ ਓਏ ਮੇਰੇ ਵੱਲੋਂ ਮੋਜਾਂ ਭਾਵੇਂ ਮਾਰ ਜਿਵੇਂ ਮਰਜ਼ੀ, ਪਰ ਵੇਖੀ ਪੁੱਤਾਂ ਲਾਮਾ ਨਾ ਲਿਆ ਦੀ ਤੂੰ ਕਰੇ। ਮੇਰੇ ਵੱਲੋਂ ਮੋਜਾਂ ਭਾਵੇਂ ਮਾਰ ਜਿਵੇਂ ਮਰਜ਼ੀ, ਪਰ ਵੇਖੀ ਕੋਈ ਲਾਮਾ ਨਾ ਲਿਆ ਦੀ ਤੂੰ ਕਰੇ। ਧੰਨਵਾਦ ਜੀ, ਗਾਣਾ ਚੰਗੇ ਲੱਗੇ ਤੇ ਸ਼ੇਅਰ ਜ਼ਰੂਰ ਕਰ ਦਿਓ।